ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਪਰਿਆ ਰੇ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 31 ਵਿੱਚ ਅੱਜ ਆਪਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਲਾਹੌਰ ਆਉਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਤਿਲਕ ਲਗਾਉਣ ਉਪਰੰਤ ਰਾਤ ਪੈ ਗਈ। ਘਰ ਵਿੱਚ ਜਾ ਕੇ ਭੋਜਨ ਕੀਤਾ ਅਤੇ ਫਿਰ ਪਲੰਘ ਉੱਤੇ ਬੈਠ ਕੇ ਸੁਸ਼ੋਭਿਤ ਹੋ ਗਏ। ਪਤੀਵ੍ਰਤਾ ਇਸਤਰੀ ਮਾਤਾ ਗੰਗਾ ਜੀ ਉਹਨਾਂ ਦੇ ਪਾਸ ਚੱਲ ਕੇ ਆਏ, ਪਾਸ ਬੈਠ ਗਏ ਅਤੇ ਗੁਰੂ ਜੀ ਨੂੰ ਵੇਖ ਕੇ ਸੁੱਖ ਪਾਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਗੱਲ ਦੱਸੀ। ਹੇ ਸ੍ਰੇਸ਼ਟ ਮਹਾਨ ਭਾਗਾਂ ਵਾਲੀਏ, ਤੁਸੀਂ ਮੇਰੀ ਗੱਲ ਸੁਣੋ। ਅਸੀਂ ਕੱਲ੍ਹ ਨੂੰ ਲਾਹੌਰ ਜਾ ਰਹੇ ਹਾਂ, ਸਵੇਰ ਹੁੰਦਿਆਂ ਹੀ ਨਿਸ਼ਚਿਤ ਰੂਪ ਵਿੱਚ ਚਲੇ ਜਾਣਾ ਹੈ। ਤੁਹਾਡੇ ਸਪੁੱਤਰ ਹੁਣ ਸਭ ਪ੍ਰਕਾਰ ਦੇ ਕੰਮ ਕਾਜ ਵਿੱਚ ਸਿਆਣੇ ਹੋ ਗਏ ਹਨ। ਇਹ ਧਰਤੀ ਸਮਾਨ ਧਰਮ ਅਤੇ ਧੀਰਜ ਨੂੰ ਧਾਰਨ ਵਾਲੇ ਹਨ। ਇਹ ਸਰੀਰ ਸਦਾ ਨਹੀਂ ਰਹਿਣਾ ਹੈ, ਇਸ ਕਰਕੇ ਸ੍ਰੇਸ਼ਟ ਬੁੱਧੀ ਵਾਲੇ ਆਪਣੇ ਸਰੀਰ ਨਾਲ ਪਿਆਰ ਨਹੀਂ ਕਰਦੇ। ਜਿਹੜਾ ਵੀ ਪੈਦਾ ਹੁੰਦਾ ਹੈ ਉਸਨੇ ਇੱਕ ਦਿਨ ਮਰਨਾ ਹੈ। ਜਿਹੜੇ ਉੱਚੇ ਹਨ ਉਹ ਡਿੱਗਣੇ ਹੀ ਹਨ। ਇਹੀ ਆਦਿ ਕਾਲ ਤੋਂ ਸਰੀਰਾਂ ਦਾ ਧਰਮ ਹੈ। ਇਸ ਸਰੀਰ ਨਾਲ ਪ੍ਰੇਮ ਕਰਨਾ ਹਿਰਦੇ ਵਿੱਚ ਵੱਡਾ ਭਰਮ ਧਾਰਨ ਕਰਨਾ ਹੈ। ਦਿਨ ਪ੍ਰਤੀ ਦਿਨ ਸਰੀਰ ਘਟਦਾ ਜਾਂਦਾ ਹੈ, ਪਹਿਲਾਂ ਵਾਂਗ ਸਥਿਰ ਨਹੀਂ ਰਹਿੰਦਾ ਹੈ। ਬਾਲਕ ਤੋਂ ਫਿਰ 5 ਵਰਿਆਂ ਦਾ ਕੁਮਾਰ ਹੋ ਜਾਂਦਾ ਹੈ, ਫਿਰ ਕੁਮਾਰ ਤੋਂ ਗੱਭਰੂ ਹੋ ਜਾਂਦਾ ਹੈ ਅਤੇ ਗੱਭਰੂ ਤੋਂ ਬਿਰਧ ਹੋ ਜਾਂਦਾ ਹੈ। ਬੁਢਾਪਾ ਗ੍ਰਸ ਲੈਂਦਾ ਹੈ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ, ਫਿਰ ਅੰਤ ਸਮੇਂ ਸਦਾ ਲਈ ਸੌਂ ਜਾਂਦਾ ਹੈ। ਤੁਸੀਂ ਮੇਰੇ ਪਿੱਛੋਂ ਟਿਕੇ ਰਹੇ ਹੋ ਅਤੇ ਕੋਈ ਦੁੱਖ ਨਾ ਮੰਨਿਓ। ਆਪਣੇ ਸਰੀਰ ਨੂੰ ਛੱਡਣ ਬਾਰੇ ਨਾ ਸੋਚਿਓ। ਪੁੱਤਰਾਂ ਅਤੇ ਪੋਤਰਿਆਂ ਦਾ ਸੁੱਖ ਵੇਖ ਕੇ ਬੜੇ ਆਨੰਦ ਨਾਲ ਖੁਸ਼ੀਆਂ ਮਨਾਇਓ। ਜਦ ਅੰਤ ਸਮਾਂ ਪ੍ਰਾਪਤ ਹੋ ਜਾਵੇਗਾ ਤਾਂ ਫਿਰ ਸਾਨੂੰ ਆ ਕੇ ਮਿਲ ਪੈਣਾ। ਜਦ ਮਾਤਾ ਗੰਗਾ ਜੀ ਨੇ ਅਜਿਹੀ ਗੱਲ ਅਚਾਨਕ ਸੁਣੀ ਤਾਂ ਮਾਤਾ ਗੰਗਾ ਜੀ ਬਹੁਤ ਉਦਾਸ ਹੋ ਗਏ। ਇਹ ਬਚਨ ਆਪ ਨੇ ਕਿਵੇਂ ਕੀਤੇ ਹਨ, ਜਿਹੜੇ ਕਿ ਤੀਰ ਵਾਂਗ ਤਿੱਖੇ ਅਤੇ ਗਰਮ ਹਨ। ਕੰਨਾਂ ਰਾਹੀਂ ਇਹ ਗੱਲ ਸੁਣ ਕੇ ਮੇਰਾ ਹਿਰਦਾ ਵਿੰਨਿਆ ਗਿਆ ਹੈ। ਹੇ ਮਾਲਕ ਪ੍ਰਭੂ ਜੀ, ਬੁੱਧੀ ਨੂੰ ਕਿਵੇਂ ਉਪਦੇਸ਼ ਦਿੰਦੇ ਹੋ? ਆਪੇ ਹੀ ਸਾਨੂੰ ਧੀਰਜ ਧਾਰਨ ਕਰਨ ਵਾਸਤੇ ਕਹਿ ਰਹੇ ਹੋ, ਜਿਸ ਨਾਲ ਇਸ ਧੀਰਜ ਸਹਿਤ ਆਨੰਦ ਵੀ ਖਤਮ ਹੋ ਜਾਵੇਗਾ। ਸਾਰੀ ਸੰਗਤ ਅਤੇ ਪਰਿਵਾਰ ਸਮੇਤ ਆਪ ਸਭ ਦਾ ਕਲਿਆਣ ਕਰਨ ਲਈ ਵੱਡਾ ਆਸਰਾ ਹੋ। ਸ਼੍ਰੀ ਹਰਗੋਬਿੰਦ ਜੀ ਹਾਲੇ ਬਾਲਕ ਉਮਰ ਹੈ, ਆਪ ਉਸਨੂੰ ਕੈਸਾ ਕਾਰਜ ਦੱਸ ਰਹੇ ਹੋ? ਦੁਸ਼ਮਣ ਕਈ ਪ੍ਰਕਾਰ ਦੇ ਯਤਨ ਕਰਦੇ ਰਹੇ ਹਨ, ਮਸਾਂ ਮਸਾਂ ਕਿਸੇ ਪੁੱਤਰ ਨੂੰ ਬਚਾਇਆ ਹੈ। ਤੁਸੀਂ ਹਰ ਪ੍ਰਕਾਰ ਸਮਰੱਥ ਹੋ, ਤੁਸੀਂ ਦੱਸੋ ਤੁਹਾਡੇ ਬਾਅਦ ਕਿਸ ਦਾ ਆਸਰਾ ਫੜਾਂਗੇ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਫਿਰ ਕਿਹਾ, ਐਸੀ ਚਿੰਤਾ ਤੁਸੀਂ ਕਿਉਂ ਚਿੱਤ ਵਿੱਚ ਧਾਰਨ ਕੀਤੀ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਦੇ ਨਾਥ ਸਭ ਤਰ੍ਹਾਂ ਨਾਲ ਸਮਰੱਥ ਹਨ। ਉਹਨਾਂ ਦਾ ਹੱਥ ਮੱਥੇ ਉੱਤੇ ਰੱਖਿਆ ਚਾਹੁੰਦੇ ਹਾਂ। ਉਹ ਸਦਾ ਸਹਾਇਕ ਅਤੇ ਵਿਘਨਾਂ ਨੂੰ ਦੂਰ ਕਰਨ ਵਾਲੇ ਹਨ। ਪ੍ਰਭੂ ਜੀ ਵਿਸ਼ਾਲ ਦੁਸ਼ਮਣਾਂ ਦੇ ਸਮੂਹ ਨੂੰ ਮਾਰਨ ਵਾਲੇ ਹਨ। ਸਤਿਗੁਰੂ ਦੇ ਪ੍ਰਤਾਪ ਨਾਲ ਸ਼੍ਰੀ ਹਰਗੋਬਿੰਦ ਜੀ ਦਾ ਤੇਜ ਦਿਨ ਪ੍ਰਤ ਦਿਨ ਬਹੁਤ ਵਧੇਗਾ। ਹੋਰ ਚਿੱਤ ਵਿੱਚ ਕੋਈ ਚਿੰਤਾ ਨਾ ਕਰਿਓ। ਵੇਦ ਕੁੱਲ ਦੇ ਸਰਤਾਜ ਭਾਵ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੀ ਸਹਾਇਤਾ ਕਰਨਗੇ। ਇਸ ਤਰ੍ਹਾਂ ਕਹਿ ਕੇ ਕਿਰਪਾ ਧਾਰ ਕੇ ਵੇਖਿਆ ਅਤੇ ਮਾਤਾ ਗੰਗਾ ਜੀ ਦੇ ਹਿਰਦੇ ਦੇ ਮੋਹ ਨੂੰ ਦੂਰ ਕੀਤਾ। ਸੁੱਖਾਂ ਦੀ ਦਾਤੀ ਨੂੰ ਗਿਆਨ ਪ੍ਰਾਪਤ ਹੋ ਗਿਆ। ਜਿਵੇਂ ਪਤੀ ਦੇਵ ਸੱਚ ਕਹਿ ਰਹੇ ਸਨ, ਉਹ ਸਭ ਕੁਛ ਜਾਣ ਗਏ। ਹੱਥ ਜੋੜ ਕੇ ਫਿਰ ਬਚਨ ਕੀਤਾ, ਯਥਾ ਯੋਗ ਕਰਨ ਵਾਸਤੇ ਜੋ ਤੁਸੀਂ ਮਨ ਬਣਾਇਆ ਹੈ, ਤੁਹਾਡੇ ਨਾਲੋਂ ਕੋਈ ਸਿਆਣਾ ਨਹੀਂ ਹੈ। ਜੋ ਗੱਲ ਚੰਗੀ ਹੈ ਉਹੀ ਕਹਿੰਦੇ ਹੋ। ਇਸ ਤਰ੍ਹਾਂ ਕਹਿ ਕੇ ਗੁਰੂ ਜੀ ਸੌਂ ਗਏ। ਪੈਰ ਰਾਤ ਰਹਿੰਦਿਆਂ ਜਾਗ ਪਏ, ਸ਼ੌਚ ਕਿਰਿਆ ਇਸ਼ਨਾਨ ਆਦਿ ਸਭ ਕੁਛ ਕੀਤਾ।
ਫਿਰ ਆਪਣੇ ਸਰੂਪ ਵਿੱਚ ਸਮਾਧੀ ਧਾਰਨ ਕਰ ਲਈ। ਜਦ ਸੂਰਜ ਦਾ ਪ੍ਰਕਾਸ਼ ਹੋ ਗਿਆ ਤਾਂ ਸਵਾਰੀ ਵਾਸਤੇ ਪਾਲਕੀ ਮੰਗਵਾਈ, ਪੰਜਾਂ ਸਿੱਖਾਂ ਨੂੰ ਆਪਣੇ ਨਾਲ ਲਿਆ ਅਤੇ ਗੁਰੂ ਦੇਵ ਜੀ ਪਾਲਕੀ ਵਿੱਚ ਸਵਾਰ ਹੋ ਗਏ। ਭਾਈ ਬੀਧੀ ਚੰਦ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪਿਰਾਨਾ ਜੀ ਅਤੇ ਪੰਜਵੇਂ ਭਾਈ ਪੈੜਾ ਜੀ ਨਾਲ ਗਏ। ਬਾਕੀ ਸਾਰਿਆਂ ਨੂੰ ਧੀਰਜ ਦੇ ਕੇ ਚਲੇ ਗਏ ਅਤੇ ਉਹਨਾਂ ਨੂੰ ਕਿਹਾ ਸਾਰੇ ਅੰਮ੍ਰਿਤਸਰ ਵਿੱਚ ਸੇਵਾ ਵਿੱਚ ਲੱਗੇ ਰਹੋ। ਸਦਾ ਸ਼੍ਰੀ ਹਰਗੋਬਿੰਦ ਜੀ ਦੇ ਨਾਲ ਰਹਿਓ ਅਤੇ ਦਰਸ਼ਨ ਕਰਕੇ ਪ੍ਰਸੰਨਤਾ ਧਾਰਨ ਕਰਿਓ। ਘਰ ਵਿੱਚੋਂ ਨਿਕਲ ਕੇ ਸਤਿਗੁਰੂ ਜੀ ਬਾਹਰ ਆ ਗਏ ਅਤੇ ਅੰਮ੍ਰਿਤ ਸਰੋਵਰ ਦੇ ਦਰਸ਼ਨ ਕਰਨ ਗਏ। ਪਿਤਾ ਜੀ ਦਾ ਸਥਾਨ ਜਾਣ ਬਹੁਤ ਪ੍ਰੇਮ ਧਾਰਨ ਕੀਤਾ ਅਤੇ ਦਰਬਾਰ ਨੂੰ ਨਮਸਕਾਰ ਕੀਤੀ, ਜਿੱਥੇ ਸਦਾ ਹੀ ਕੀਰਤਨ ਦੀ ਧੁਨ ਵੱਜਦੀ ਸੀ ਅਤੇ ਜਿਸ ਅੰਦਰ ਸੁੰਦਰ ਹਰਿਮੰਦਰ ਸਾਹਿਬ ਬਣਿਆ ਹੋਇਆ ਸੀ। ਬੜੀ ਪ੍ਰਸੰਨਤਾ ਧਾਰ ਕੇ ਆਪਣੇ ਪਿਤਾ ਜੀ ਦਾ ਧਿਆਨ ਧਾਰ ਕੇ ਹੱਥ ਜੋੜ ਕੇ ਵੰਦਨਾ ਕੀਤੀ। ਫਿਰ ਬਾਹਰ ਨਿਕਲ ਕੇ ਰਸਤੇ 'ਤੇ ਪੈ ਗਏ ਅਤੇ ਲਾਹੌਰ ਵੱਲ ਮੂੰਹ ਕਰਕੇ ਉਸ ਪਾਸੇ ਚੱਲ ਪਏ। ਸਾਰੇ ਸਿੱਖ ਸ਼੍ਰੀ ਹਰਗੋਬਿੰਦ ਜੀ ਸਮੇਤ ਸਤਿਗੁਰੂ ਜੀ ਨੂੰ ਵਿਦਾ ਕਰਨ ਵਾਸਤੇ ਨਾਲ ਗਏ। ਜਦ ਕਾਫੀ ਦੂਰ ਪਹੁੰਚ ਗਏ ਤਾਂ ਸਤਿਗੁਰੂ ਜੀ ਨੇ ਪਾਲਕੀ ਹੇਠਾਂ ਰਖਵਾ ਲਈ ਅਤੇ ਆਪ ਜੀ ਖੜ੍ਹੇ ਹੋ ਗਏ। ਸਾਰਿਆਂ ਨੂੰ ਕਹਿ ਕੇ ਇਹ ਉਪਦੇਸ਼ ਕੀਤਾ, ਸਤਿਗੁਰੂ ਜੀ ਦਾ ਸਿਮਰਨ ਕਰਕੇ ਸਾਰੇ ਕਲੇਸ਼ ਦੂਰ ਕਰੋ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਇਹਨਾਂ ਸਮੇਤ ਸ਼੍ਰੀ ਹਰਗੋਬਿੰਦ ਜੀ ਦੇ ਪਾਸ ਰਹੋ ਅਤੇ ਸਦਾ ਗੁਰਮਤ ਨੂੰ ਚੰਗੀ ਤਰ੍ਹਾਂ ਧਾਰਨ ਕਰੋ। ਸਾਡੇ ਬਾਅਦ ਇਹਨਾਂ ਨੂੰ ਨਿੱਤ ਪ੍ਰਸੰਨ ਰੱਖੋ। ਇਹਨਾਂ ਦੀ ਕਿਸੇ ਨੇ ਵੀ ਆਗਿਆ ਨਹੀਂ ਮੋੜਨੀ। ਆਪਣੀ ਬੁੱਧੀ ਨੂੰ ਇਹਨਾਂ ਦੇ ਅਨੁਸਾਰੀ ਬਣਾਉਣਾ। ਫਿਰ ਸ਼੍ਰੀ ਹਰਗੋਬਿੰਦ ਜੀ ਨੂੰ ਸੁਣਾ ਕੇ ਕਿਹਾ, ਤੁਸੀਂ ਸਦਾ ਬਾਬਾ ਬੁੱਢਾ ਜੀ ਦਾ ਸਤਿਕਾਰ ਕਰਨਾ ਹੈ, ਜਿਵੇਂ ਉਹ ਆਗਿਆ ਕਰਨ ਉਸ ਤਰ੍ਹਾਂ ਹੀ ਰਹਿਣਾ ਹੈ। ਇਹਨਾਂ ਦੇ ਸਾਹਮਣੇ ਕਦੀ ਕੁਝ ਨਹੀਂ ਕਹਿਣਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਸੁਣ ਕੇ ਬਾਬਾ ਬੁੱਢਾ ਜੀ ਆਦਿ ਜਿਹੜੇ ਵੀ ਸੇਵਕ ਸਨ ਸਮੇਤ ਸ਼੍ਰੀ ਹਰਗੋਬਿੰਦ ਜੀ ਦੇ ਸਭ ਨੇ ਸੁੱਖਾਂ ਦੀ ਰਾਸ ਭਾਵ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਤੇ ਵੰਦਨਾ ਕੀਤੀ। ਵਾਰ ਵਾਰ ਬੇਨਤੀ ਕੀਤੀ। ਉਹ ਉਸ ਸਮੇਂ ਵਾਪਸ ਨਹੀਂ ਸੀ ਜਾਣਾ ਚਾਹੁੰਦੇ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਹੁਤ ਵਾਰੀ ਕਹਿ ਕੇ ਜ਼ੋਰੋ ਜ਼ੋਰੀ ਸਾਰਿਆਂ ਨੂੰ ਵਾਪਸ ਮੋੜ ਦਿੱਤਾ। ਆਪਣੀ ਜੋਤੀ ਸਪੁੱਤਰ ਜੀ ਵਿੱਚ ਧਾਰਨ ਕਰ ਲਈ। ਦੁੱਖ ਰਹਿਤ ਗੁਰੂ ਜੀ ਫਿਰ ਅੱਗੇ ਚੱਲ ਪਏ। ਇੱਕ ਸਿੱਖ ਗੋਇੰਦਵਾਲ ਨੂੰ ਭੇਜਿਆ ਅਤੇ ਉਸਨੂੰ ਕਿਹਾ, ਅੱਜ ਚੱਲ ਕੇ ਉੱਥੇ ਪਹੁੰਚੋ, ਉੱਥੇ ਜਾ ਕੇ ਭਾਈ ਅਰਥਮਲ ਨੂੰ ਮਿਲੋ। ਉਹਨਾਂ ਨੂੰ ਦੱਸ ਦੇਣਾ ਕਿ ਅਸੀਂ ਲਾਹੌਰ ਨੂੰ ਚਲੇ ਗਏ ਹਾਂ। ਸਵੇਰ ਹੁੰਦਿਆਂ ਨੂੰ ਉਹ ਚੱਲ ਕੇ ਆ ਜਾਣ ਅਤੇ ਬੜੀ ਪ੍ਰਸੰਨਤਾ ਵਧਾ ਕੇ ਸਾਨੂੰ ਆ ਕੇ ਮਿਲਣ। ਇਹ ਸੁਣ ਕੇ ਸਿੱਖ ਬੜੀ ਤੇਜ਼ ਰਫ਼ਤਾਰ ਨਾਲ ਚਲਾ ਗਿਆ। ਸ਼ਾਮ ਹੁੰਦਿਆਂ ਹੀ ਗੋਇੰਦਵਾਲ ਨਗਰੀ ਵਿੱਚ ਦਾਖਲ ਹੋ ਗਿਆ। ਨਮਸਕਾਰ ਕਰਕੇ ਸ਼੍ਰੀ ਅਰਥਮਲ ਜੀ ਨੂੰ ਮਿਲਿਆ ਅਤੇ ਉਸ ਸਮੇਂ ਹੱਥ ਜੋੜ ਕੇ ਬੇਨਤੀ ਕੀਤੀ। ਜਾ ਕੇ ਸ਼੍ਰੀ ਸਤਿਗੁਰੂ ਜੀ ਦਾ ਸੰਦੇਸ਼ਾ ਦਿੱਤਾ, ਤੁਹਾਨੂੰ ਗੁਰੂ ਜੀ ਨੇ ਵਿਸ਼ੇਸ਼ ਤੌਰ 'ਤੇ ਯਾਦ ਕੀਤਾ ਹੈ। ਜਿਸ ਸਮੇਂ ਉਹ ਲਾਹੌਰ ਨੂੰ ਗਏ ਤਾਂ ਮੈਨੂੰ ਬਹੁਤ ਤਾਕੀਦ ਕੀਤੀ ਸੀ, ਸਵੇਰ ਉਹਨਾਂ ਦੇ ਪਾਸ ਜਾ ਕੇ ਚੜਾਵੋ। ਉਹਨਾਂ ਦੀ ਆਗਿਆ ਸੁਣ ਕੇ ਮੈਂ ਬੜੀ ਤੇਜ਼ੀ ਨਾਲ ਆਪ ਜੀ ਦੇ ਪਾਸ ਆਇਆ ਹਾਂ। ਇੰਝ ਕਹੇ ਵਾਕ ਸੁਣ ਕੇ ਸਾਰੇ ਬਹੁਤ ਹੈਰਾਨ ਹੋ ਗਏ, ਕੀ ਕਾਰਨ ਹੋ ਗਿਆ ਹੈ। ਸਾਰੇ ਕਈ ਪ੍ਰਕਾਰ ਦੇ ਅਨੁਮਾਨ ਲਾ ਰਹੇ ਸਨ। ਸ਼੍ਰੀ ਗੁਰੂ ਅਮਰਦਾਸ ਜੀ ਦੀ ਅੰਸ਼ ਦੇ ਸਾਰੇ ਜੀਵ ਸਿੱਖ ਨੂੰ ਆ ਕੇ ਮਿਲੇ ਅਤੇ ਵਿਚਾਰ ਕਰਕੇ ਸਿੱਖ ਨੂੰ ਪੁੱਛਣ ਲੱਗੇ। ਸਿੱਖ ਨੇ ਕਿਹਾ, ਸੁਣਿਆ ਹੈ ਬਾਦਸ਼ਾਹ ਨੇ ਪ੍ਰਵਾਨਾ ਭੇਜਿਆ ਹੈ, ਇਸ ਕਰਕੇ ਚਿੱਤ ਵਿੱਚ ਮਹਾਨ ਚਿੰਤਾ ਹੈ। ਮੂਰਖ ਚੰਦੂ ਦੁਸ਼ਮਣੀ ਕਰਦਾ ਹੈ, ਕਿਸੇ ਕਸੂਰ ਤੋਂ ਬਗੈਰ ਹੀ ਵੱਡੇ ਵੱਡੇ ਦੋਸ਼ ਲਾਉਂਦਾ ਹੈ। ਬਹੁਤ ਵਿਚਾਰ ਕਰਦਿਆਂ ਸਾਰੀ ਰਾਤ ਬਤੀਤ ਕੀਤੀ। ਫਿਰ ਸਵੇਰੇ ਸੂਰਜ ਦੀ ਲਾਲੀ ਵੇਖ ਕੇ ਭਾਈ ਅਰਥਮਲ ਲਾਹੌਰ ਵੱਲ ਚੱਲ ਪਏ। ਇਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਉਸ ਸਮੇਂ ਸ਼੍ਰੀ ਰਾਮਦਾਸਪੁਰ ਨੂੰ ਨਮਸਕਾਰ ਕਰਕੇ ਹੌਲੀ ਹੌਲੀ ਲਾਹੌਰ ਦੇ ਰਸਤੇ ਚਲੇ ਜਾ ਰਹੇ ਸਨ। ਰਾਹ ਵਿੱਚ ਡੇਰਾ ਕਰਕੇ ਰਾਤ ਗੁਜ਼ਾਰੀ। ਸਵੇਰ ਹੋਣ 'ਤੇ ਅਸਵਾਰ ਹੋ ਕੇ ਲਾਹੌਰ ਸ਼ਹਿਰ ਦੇ ਵਿੱਚ ਪਹੁੰਚ ਗਏ। ਇੱਕ ਸੱਧੂ ਨਾਮੀ ਸਿੱਖ ਵੱਡਾ ਗੁਰਮੁਖ ਸੀ, ਉਹ ਲਾਹੌਰ ਵੱਸਦਾ ਸੀ ਅਤੇ ਗੁਰੂ ਜੀ ਦੇ ਆਉਣ ਦੀ ਇੰਤਜ਼ਾਰ ਕਰਦਾ ਰਹਿੰਦਾ ਸੀ। ਹੇ ਦੀਨ ਦਿਆਲ, ਮੈਂ ਬਹੁਤ ਗਰੀਬ ਹਾਂ, ਭਗਤ ਦੇ ਵਿਸ਼ਾਲ ਪ੍ਰੇਮ ਨੂੰ ਵੇਖੋ, ਜੇ ਮੇਰੇ ਘਰ ਵਿੱਚ ਰਾਤ ਗੁਜ਼ਾਰੋ ਤਾਂ ਮੈਂ ਸਾਰੀ ਸੇਵਾ ਆਪਣੇ ਹੱਥਾਂ ਨਾਲ ਕਰਾਂਗਾ। ਭੋਜਨ ਆਦਿ ਦੀ ਜੋ ਸੇਵਾ ਹੈ, ਹੇ ਗੁਰਦੇਵ ਜੀ, ਇਹ ਸੇਵਾ ਮੈਥੋਂ ਕਰਵਾਓ। ਮੇਰੀ ਆਸ਼ਾ ਪੂਰੀ ਕਰਕੇ ਮੈਨੂੰ ਕਿਰਤਾਰਥ ਕਰੋ। ਉਹ ਸਤਿਗੁਰੂ ਜੀ 'ਤੇ ਭਰੋਸਾ ਧਾਰਨ ਕਰਕੇ ਉਹਨਾਂ ਨੂੰ ਯਾਦ ਕਰਦਾ ਹੁੰਦਾ ਸੀ।
ਰਾਤ ਦਿਨ ਜਿਸ ਦੇ ਹਿਰਦੇ ਵਿੱਚ ਲਿਵ ਲੱਗੀ ਸੀ, ਮੈਂ ਕਿਸ ਵੇਲੇ ਵੱਡੇ ਭਾਗਾਂ ਵਾਲਾ ਬਣਾ। ਕੀਰਤਨ ਅਤੇ ਜੋੜ ਮੇਲੇ ਬਹੁਤ ਕਰਦਾ ਸੀ, ਹਿਰਦੇ ਵਿੱਚ ਦਿਨ ਰਾਤ ਇੰਤਜ਼ਾਰ ਕਰਦਾ ਰਹਿੰਦਾ ਸੀ ਉਸ ਦੀ ਕਾਮਨਾ ਪੂਰੀ ਕਰਨ ਵਾਸਤੇ। ਸਾਰਿਆਂ ਨੂੰ ਛੱਡ ਕੇ ਗੁਰੂ ਜੀ ਉਸ ਸਿੱਖ ਦੇ ਘਰ ਚਲੇ ਗਏ ਜਿਨ੍ਹਾਂ ਨੂੰ ਊਚ ਨੀਚ ਦੀ ਕੋਈ ਪਰਖ ਨਹੀਂ ਸੀ, ਜਿਹੜੇ ਗੁਰੂ ਜੀ ਹਰ ਇੱਕ ਦਾ ਪ੍ਰੇਮ ਹੀ ਵੇਖਦੇ ਸਨ। ਸੱਧੂ ਸਿੱਖ ਆਪਣੀ ਪਤਨੀ ਸਹਿਤ ਮਨ ਵਿੱਚ ਬਹੁਤ ਪ੍ਰੇਮ ਕਰਦੇ ਸਨ। ਅੰਤਰਜਾਮੀ ਸ਼੍ਰੀ ਗੁਰੂ ਅਰਜਨ ਦੇਵ ਜੀ ਸਭ ਕੁਝ ਜਾਣ ਕੇ ਉਸਦੇ ਘਰ ਵਿੱਚ ਪਹੁੰਚ ਗਏ। ਗੁਰੂ ਜੀ ਦਾ ਆਨੰਦ ਸਰੂਪ ਵੇਖ ਕੇ ਉਸੇ ਸਮੇਂ ਗੁਰੂ ਜੀ ਦੇ ਚਰਨਾਂ 'ਤੇ ਵੰਦਨਾ ਕੀਤੀ। ਹਰ ਇੱਕ ਦੇ ਦਿਲਾਂ ਦੀਆਂ ਜਾਣਨ ਵਾਲੇ, ਹੇ ਅੰਤਰਜਾਮੀ ਗੁਰੂ ਜੀ, ਦਾਸ ਦੀ ਕਾਮਨਾ ਪੂਰੀ ਕਰੋ ਜੀ। ਧਣੀ ਸਿੱਖ 'ਤੇ ਧਰਮਸ਼ਾਲਾ ਛੱਡ ਕੇ ਮੇਰੇ ਹਿਰਦੇ ਦੀ ਜਾਣ ਕੇ ਮੇਰੇ ਘਰ ਵਿੱਚ ਆਏ ਹੋ, ਇਸੇ ਕਰਕੇ ਤੁਹਾਨੂੰ ਦੀਨ ਬੰਧੂ ਕਹਿੰਦੇ ਹਨ। ਪ੍ਰੇਮ ਦੇ ਵਸ ਹੋਣਾ ਤੁਹਾਡੇ ਪਾਸੋਂ ਸਿੱਖੀਏ। ਹੱਥ ਜੋੜ ਕੇ ਬੜੀ ਉਸਤਤੀ ਕਰਕੇ ਅਤੇ ਦਿਲ ਵਿੱਚ ਪ੍ਰਸੰਨਤਾ ਨਾਲ ਭਰ ਕੇ ਗੁਰੂ ਜੀ ਨੂੰ ਸਵਾਰੀ ਤੋਂ ਹੇਠਾਂ ਉਤਾਰ ਲਿਆ। ਉਹਨਾਂ ਨੂੰ ਲੈ ਕੇ ਆਪਣੇ ਘਰ ਦੇ ਅੰਦਰ ਚਲੇ ਗਏ ਅਤੇ ਗੁਰੂ ਜੀ ਵਾਸਤੇ ਇੱਕ ਸੁੰਦਰ ਨਵਾਂ ਪਲੰਗ ਢੁਆਇਆ। ਪਲੰਗ ਦੇ ਉੱਤੇ ਸੁੰਦਰ ਵਸਤਰ ਵਿਛਾਏ ਅਤੇ ਬੇਨਤੀ ਕਰਕੇ ਗੁਰੂ ਜੀ ਨੂੰ ਉੱਤੇ ਬਿਠਾਇਆ। ਯਥਾ ਸਮਰੱਥਾ ਅਨੁਸਾਰ ਦੂਸਰੇ ਫਰਸ਼ਾਂ ਉੱਤੇ ਵੀ ਸੁੰਦਰ ਬਿਸਤਰੇ ਵਿਛਾ ਕੇ ਬਾਕੀ ਸਿੱਖਾਂ ਨੂੰ ਪ੍ਰਸੰਨ ਹੋ ਕੇ ਬਿਠਾ ਦਿੱਤਾ। ਹੋਰ ਚੰਗੀ ਤਰ੍ਹਾਂ ਸੇਵਾ ਕਰਕੇ ਸਾਰਿਆਂ ਦੇ ਚਰਨ ਧੁਆਏ। ਬਾਅਦ ਵਿੱਚ ਸਤਿਗੁਰੂ ਜੀ ਦੇ ਚਰਨ ਚੰਗੀ ਤਰ੍ਹਾਂ ਧੁਆ ਕੇ ਜਿਹੜਾ ਚਰਨਾਮ੍ਰਿਤ ਪ੍ਰਾਪਤ ਹੋਇਆ ਉਹ ਸਾਰੇ ਪਰਿਵਾਰ ਨੂੰ ਛਕਾਇਆ। ਜਿਹੜਾ ਚਰਨਾਮ੍ਰਿਤ ਬਾਕੀ ਬਚਿਆ ਉਸਦਾ ਸਾਰੇ ਘਰ ਵਿੱਚ ਛਿੜਕਾਅ ਕਰ ਦਿੱਤਾ। ਵਾਧੂ ਫਲ ਪ੍ਰਾਪਤ ਕਰਕੇ ਨਿਹਾਲ ਹੋ ਗਿਆ। ਫਿਰ ਹਰ ਪ੍ਰਕਾਰ ਦੀ ਸੁਚਮਤਾ ਕੀਤੀ, ਰਸੋਈ ਆਦਿ ਵਿੱਚ ਪੋਚਾ ਫਿਰਵਾਇਆ। ਭੋਜਨ ਤਿਆਰ ਕਰਨ ਵਾਲਿਆਂ ਨੇ ਪਹਿਲਾਂ ਇਸ਼ਨਾਨ ਕੀਤਾ, ਸੁੱਚਣ ਵਾਸਤੇ ਨਵਾਂ ਪਾਣੀ ਭਰ ਕੇ ਲਿਆਂਦਾ, ਸਾਰੇ ਬਰਤਨਾਂ ਨੂੰ ਚੰਗੀ ਤਰ੍ਹਾਂ ਮਾਂਜ ਕੇ ਉੱਚ ਪਾਏ ਦੀ ਪਵਿੱਤਰਤਾ ਕੀਤੀ। ਸੁੰਦਰ ਕਣਕ ਦਾ ਆਟਾ ਲਿਆਂਦਾ ਗਿਆ। ਨਰਮ ਬਾਸਮਤੀ ਦੇ ਚਾਵਲ ਵੱਡੀ ਮਿਕਦਾਰ ਵਿੱਚ ਤਿਆਰ ਕੀਤੇ ਗਏ। ਮਸਾਲੇ ਆਦਿ ਪਾ ਕੇ ਦਾਲ ਤਿਆਰ ਕੀਤੀ। ਦੁੱਧ ਦੀ ਖੀਰ ਵੀ ਬੜੇ ਪ੍ਰੇਮ ਨਾਲ ਤਿਆਰ ਕੀਤੀ ਗਈ, ਵਿੱਚ ਘਿਓ ਪਾ ਕੇ ਚੰਗੀ ਤਰ੍ਹਾਂ ਤਿਆਰ ਕੀਤੀ ਗਈ ਸੀ। ਸਭ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਘਰ ਵਿੱਚ ਬਹੁਤ ਦੀਵੇ ਜਗਾਏ ਗਏ ਅਤੇ ਅੰਦਰ ਇੱਕ ਨਵੀਂ ਚੌਂਕੀ ਢਾਹੀ ਗਈ। ਫਿਰ ਹੱਥ ਜੋੜ ਕੇ ਗੁਰੂ ਜੀ ਦੇ ਅੱਗੇ ਖੜ੍ਹਾ ਹੋ ਗਿਆ ਅਤੇ ਕਿਹਾ, ਗੁਰੂ ਜੀ ਭੋਜਨ ਛਕੋ। ਇਹ ਸੁਣ ਕੇ ਵੱਡਾ ਡੂੰਘਾ ਪਿਆਰ ਵੇਖ ਕੇ ਗੁਰੂ ਜੀ ਉੱਠ ਪਏ ਅਤੇ ਉਸੇ ਵੇਲੇ ਚੌਂਕੀ ਉੱਤੇ ਜਾ ਕੇ ਬਿਰਾਜਮਾਨ ਹੋ ਗਏ। ਵੱਖ ਵੱਖ ਕਰਕੇ ਥਾਲ ਪਰੋਸਿਆ, ਚਾਰ ਪ੍ਰਕਾਰ ਦੇ ਭੋਜਨ ਪਾਏ। ਇਹ ਚਾਰ ਪ੍ਰਕਾਰ ਦੇ ਭੋਜਨ ਇਸ ਪ੍ਰਕਾਰ ਹਨ, ਭੱਖ ਚੱਬੇ ਜਾਣ ਵਾਲੇ ਜੈਸੇ ਦਾਣੇ, ਤਲੀ ਹੋਈ ਦਾਲ, ਭੋਜ ਖਾਧੇ ਜਾਣ ਵਾਲੇ ਜਿਵੇਂ ਰੋਟੀ, ਲੇਹਜ ਪੀਤੇ ਜਾਣ ਵਾਲੇ ਜੈਸੇ ਦੁੱਧ, ਚੌਸ ਚੂਸੇ ਜਾਣ ਵਾਲੇ ਜਿਵੇਂ ਅੰਬ, ਖੱਟੇ ਮਿੱਠੇ ਕਰਾਰੇ ਅਤੇ ਲੂਣ ਵਾਲੇ ਭੋਜਨ ਉਸਨੇ ਗੁਰੂ ਜੀ ਦੇ ਅੱਗੇ ਰੱਖੇ। ਹੱਥ ਜੋੜ ਕੇ ਅੱਗੇ ਖੜ੍ਹਾ ਰਿਹਾ। ਗੁਰੂ ਜੀ ਦੀ ਆਗਿਆ ਚਾਹੁੰਦਾ ਸੀ ਕਿ ਉਹਨਾਂ ਦੇ ਹੁਕਮ ਅਨੁਸਾਰ ਸੇਵਾ ਕਰ ਸਕੇ। ਸਿੱਖਾਂ ਸਾਹਿਤ ਗੁਰੂ ਜੀ ਨੇ ਭੋਜਨ ਛਕਿਆ ਅਤੇ ਤ੍ਰਿਪਤ ਹੋ ਕੇ ਹੱਥ ਧੋਤੇ। ਭਾਈ ਸੱਧੂ ਦਾ ਮਾਣ ਰੱਖਣ ਵਾਸਤੇ ਗੁਰੂ ਜੀ ਨੇ ਸਾਰੇ ਪਦਾਰਥਾਂ ਦੀ ਬਹੁਤ ਸ਼ਲਾਘਾ ਕੀਤੀ। ਭਾਈ ਸੱਧੂ ਹੱਥ ਜੋੜ ਕੇ ਕਹਿਣ ਲੱਗਾ, ਮੈਂ ਕਿਸ ਲਾਇਕ ਹਾਂ ਦੀਨ ਦਿਆਲ ਗੁਰੂ ਜੀ, ਤੁਸੀਂ ਸਹਿ ਸੁਭਾਅ ਹੀ ਆਏ ਹੋ। ਜਿਵੇਂ ਸ਼੍ਰੀ ਕ੍ਰਿਸ਼ਨ ਜੀ ਦੁਰਯੋਧਨ ਆਦਿ ਨੂੰ ਛੱਡ ਕੇ ਬਿਦਰ ਦੇ ਪਿਆਰ ਵੱਸ ਹੋ ਕੇ ਉਸਦੇ ਘਰ ਚਲੇ ਗਏ ਸਨ, ਉਹੀ ਵਿਧੀ ਅੱਜ ਤੁਸੀਂ ਮੇਰੇ ਨਾਲ ਕੀਤੀ ਹੈ। ਸਾਰਿਆਂ ਨੂੰ ਛੱਡ ਕੇ ਅੱਜ ਮੇਰੇ ਘਰ ਆ ਕੇ ਠਹਿਰੇ ਹੋ। ਆਪ ਜੀ ਦਾ ਪਵਿੱਤਰ, ਵਚਿੱਤਰ ਅਤੇ ਸੁੰਦਰ ਚਰਿੱਤਰ ਹੈ। ਆਪ ਜੀ ਦੇ ਸੁੰਦਰ ਚਰਿੱਤਰ ਨੂੰ ਕੌਣ ਵਰਣਨ ਕਰ ਸਕਦਾ ਹੈ। ਗੁਰੂ ਜੀ ਜਦ ਆਪਣੇ ਪਲੰਗ 'ਤੇ ਪਹੁੰਚ ਗਏ ਤਾਂ ਭਾਈ ਸੱਧੂ ਨੇ ਆਪਣੀ ਇਸਤਰੀ ਨਾਲ ਮਿਲ ਕੇ ਭੋਜਨ ਛਕਿਆ। ਫਿਰ ਦੋਵੇਂ ਜੀ ਪੱਖਾ ਲੈ ਕੇ ਗਏ ਅਤੇ ਬੜੀ ਪ੍ਰੀਤ ਲਾ ਕੇ ਪੱਖਾ ਝੱਲਿਆ। ਸੁੰਦਰ ਕੋਮਲ ਚਰਨਾਂ ਨੂੰ ਫੜ ਕੇ ਬੜੇ ਪਿਆਰ ਨਾਲ ਚਾਹ ਕੇ ਘੁੱਟਣ ਲੱਗੇ। ਉਸ ਸਮੇਂ ਜਿਸ ਕਿਸੇ ਨੂੰ ਵੀ ਪਤਾ ਲੱਗਾ, ਸਾਰੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਉਣ ਲੱਗੇ। ਭੇਟਾ ਧਰ ਧਰ ਕੇ ਵੰਦਨਾ ਕਰਦੇ ਸਨ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਬਾਰੇ ਬੇਨਤੀਆਂ ਕਰਦੇ ਸਨ। ਇਸ ਪ੍ਰਕਾਰ ਬਹੁਤ ਰਾਤ ਬੀਤ ਗਈ। ਫਿਰ ਗੁਰੂ ਜੀ ਬੜੇ ਆਰਾਮ ਨਾਲ ਸੌਂ ਗਏ। ਭਾਈ ਬੀਧੀ ਚੰਦ ਆਦਿ ਜੋ ਸਿੱਖ ਸਨ ਸਾਰੇ ਹੀ ਗੁਰੂ ਜੀ ਦੇ ਪਾਸ ਲੰਮੇ ਪੈ ਕੇ ਸੌਂ ਗਏ। ਪਹਿਰ ਰਾਤ ਰਹਿੰਦਿਆਂ ਜਾਗ ਪਏ, ਸ਼ੌਚ ਆਦਿ ਸਭ ਕਰਕੇ ਨਿਰਮਲ ਜਲ ਨਾਲ ਇਸ਼ਨਾਨ ਕੀਤਾ। ਫਿਰ ਗੁਰੂ ਜੀ ਇੱਕ ਚਿੱਤ ਬੈਠੇ ਰਹੇ। ਫਿਰ ਸੂਰਜ ਚੜ੍ਹਨ ਨਾਲ ਲੋ ਲੱਗ ਗਈ।
ਲਾਹੌਰ ਦੀ ਸੰਗਤ ਸੁਣ ਸੁਣ ਕੇ ਬਹੁਤ ਪ੍ਰਸੰਨ ਹੋਈ। ਆ ਆ ਕੇ ਦਰਸ਼ਨ ਕਰਦੇ ਸਨ ਅਤੇ ਭੇਟਾਵਾਂ ਧਰ ਕੇ ਚਰਨ ਵੰਦਨਾ ਕਰਦੇ ਸਨ। ਤਦ ਬਾਬਾ ਮੋਹਰੀ ਜੀ ਦੇ ਵੱਡੇ ਸਪੁੱਤਰ ਭਾਈ ਅਰਥਮਲ ਜੀ ਚੱਲ ਕੇ ਆ ਗਏ। ਬੜੇ ਪ੍ਰੇਮ ਨਾਲ ਮਿਲੇ ਅਤੇ ਸੀਸ ਨਿਵਾਇਆ। ਉਸ ਸਮੇਂ ਗੁਰੂ ਜੀ ਉਹਨਾਂ ਨੂੰ ਆਪਣੀ ਛਾਤੀ ਨਾਲ ਲਾ ਕੇ ਮਿਲੇ, ਬੜੇ ਆਦਰ ਨਾਲ ਪਾਸ ਬਿਠਾ ਲਿਆ, ਸਾਰਿਆਂ ਨਾਲੋਂ ਵੱਖ ਹੋ ਕੇ ਹਿੱਤ ਧਾਰਨ ਕੀਤਾ। ਜਿਸ ਪ੍ਰਕਾਰ ਲਾਹੌਰ ਆਉਣ ਦਾ ਕਾਰਨ ਬਣਿਆ ਸੀ ਉਹ ਭਾਈ ਅਰਥਮਾਲ ਦੇ ਪਾਸ ਵਰਣਨ ਕੀਤਾ। ਸਾਡੇ ਸਰੀਰ ਦਾ ਹੁਣ ਅੰਤ ਹੋ ਜਾਣਾ ਹੈ, ਸਰੀਰ ਛੱਡਣ ਦਾ ਸਾਰਾ ਬਿਰਤਾਂਤ ਸੁਣੋ। ਸਾਡੇ ਜਿਹੜੇ ਮਹਾਨ ਵਿਰੋਧੀ ਹਨ ਉਹਨਾਂ ਨੇ ਸਾਡੇ ਸਿਰ ਅਪਰਾਧ ਮੜਿਆ ਹੈ। ਜਦ ਵੱਡਾ ਅਪਰਾਧੀ ਹੋਵੇ ਤਾਂ ਉਸ ਨੂੰ ਸਜ਼ਾ ਵੀ ਵੱਡੀ ਹੀ ਬਣਦੀ ਹੈ। ਸ਼੍ਰੀ ਹਰਗੋਬਿੰਦ ਜੀ ਬਹੁਤ ਮਹਾਨ ਹਨ, ਇਹਨਾਂ ਦੁਸ਼ਟਾਂ ਨੂੰ ਬਹੁਤ ਦੁੱਖ ਦੇ ਕੇ ਮਾਰ ਦੇਣਗੇ। ਇਹ ਸੁਣ ਕੇ ਭਾਈ ਅਰਥਮਲ ਨੇ ਪੁੱਛਿਆ, ਮੈਨੂੰ ਦੱਸੋ ਕਿਵੇਂ ਸਰੀਰ ਤਿਆਗਣਾ ਹੈ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਕਹਾਣੀ ਸੁਣਾਈ। ਚੰਦੂ ਨੇ ਬਹੁਤ ਵੱਡੀਆਂ ਵੱਡੀਆਂ ਚੁਗਲੀਆਂ ਕੀਤੀਆਂ ਹਨ। ਪਹਿਲਾਂ ਕਹਿੰਦਾ ਹੈ ਕਿ ਇਹ ਚੋਰੀਆਂ ਕਰਵਾਉਂਦੇ ਹਨ, ਬਾਦਸ਼ਾਹ ਦਾ ਮਾਲ ਚੋਰੀ ਕਰਦੇ ਹਨ। ਫਿਰ ਬਾਦਸ਼ਾਹ ਦਾ ਇੱਕ ਸ਼ਹਿਜ਼ਾਦਾ ਚੱਲ ਕੇ ਆ ਗਿਆ, ਉਸ ਨੂੰ ਲਾਚਾਰ ਜਾਣ ਕੇ ਭੋਜਨ ਖਵਾਇਆ। ਇਸ ਦੁਸ਼ਟ ਨੇ ਇਹ ਚੁਗਲੀ ਵੀ ਕਰ ਦਿੱਤੀ, ਬਾਦਸ਼ਾਹ ਨੂੰ ਸਿਖਾ ਕੇ ਬਹੁਤ ਗੁੱਸੇ ਵਿੱਚ ਲਿਆਂਦਾ। ਬਾਦਸ਼ਾਹ ਨੇ 2 ਲੱਖ ਦੰਡ ਲਿਖ ਕੇ ਭੇਜ ਦਿੱਤਾ। ਅਹਿਦੀ ਚਿੱਠੀ ਲੈ ਕੇ ਸਾਡੇ ਪਾਸ ਪਹੁੰਚ ਗਿਆ। ਇਸ ਕਰਕੇ ਚੰਦੂ ਵੱਡਾ ਮਹਾਂਦੁਸ਼ਟ ਹੈ, ਦੋਸ਼ ਦੂਰ ਕਰਨ ਵਾਸਤੇ ਤਨ ਅਤੇ ਸਿਰ ਇਸ ਨੂੰ ਦੇ ਦੇਵਾਂਗਾ। ਫਿਰ ਸਾਡੇ ਨਾਨਾ ਜੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਸਨ, ਜਦ ਸਾਡੇ ਮਾਤਾ ਜੀ ਨੇ ਉਹਨਾਂ ਪਾਸੋਂ ਵਰ ਪ੍ਰਾਪਤ ਕੀਤਾ ਸੀ ਕਿ ਗੁਰਿਆਈ ਘਰੇ ਹੀ ਰਹੇ, ਹੁਣ ਕਿਸੇ ਹੋਰ ਵੰਸ਼ ਵਿੱਚ ਨਾ ਜਾਵੇ, ਤਾਂ ਗੁਰੂ ਜੀ ਨੇ ਕਿਹਾ ਸੀ ਕਿ ਨਦੀ ਦੇ ਚੱਲਦੇ ਜਲ ਨੂੰ ਤੂੰ ਰੋਕਿਆ ਹੈ, ਹੁਣ ਬਹੁਤ ਸੰਕਟ ਪੈਣਗੇ। ਇਸ ਤਰ੍ਹਾਂ ਉਹਨਾਂ ਨੇ ਕਿਹਾ ਸੀ, ਇਸ ਕਰਕੇ ਹੁਣ ਉਹਨਾਂ ਦੇ ਬਚਨ ਸੱਚੇ ਹੋਏ ਹਨ। ਸਮਾਂ ਹੁਣ ਨੇੜੇ ਹੈ, ਇਹ ਸਰੀਰ ਹੁਣ ਨਹੀਂ ਬਚੇਗਾ। ਇਸ ਕਰਕੇ ਸਾਰੇ ਕਾਰਨਾਂ ਕਰਕੇ ਆ ਕੇ ਮਿਲੇ ਹਾਂ। ਹੁਣ ਇਹ ਸਮਝਿਆ ਹੈ ਕਿ ਤਨ ਤਿਆਗਣ ਵਿੱਚ ਹੀ ਭਲਾ ਹੈ। ਸ਼੍ਰੀ ਅਰਥਮਲ ਜੀ ਇਹ ਸੁਣ ਕੇ ਬਹੁਤ ਦੁਖੀ ਹੋਏ, ਸੁੰਦਰ ਨੈਣਾਂ ਵਿੱਚੋਂ ਪਾਣੀ ਵਹਿ ਤੁਰਿਆ। ਕਹਿਣ ਲੱਗੇ, ਤੁਸੀਂ ਹਰ ਸਮੇਂ ਨਿਰਲੇਪ ਰਹਿੰਦੇ ਹੋ, ਤੁਹਾਡੇ ਦਰਸ਼ਨ ਕਰਕੇ ਵੱਡਾ ਸੁੱਖ ਪਾਉਂਦੇ ਹਾਂ। ਸਿੱਖ ਸੰਗਤ ਬੜੀ ਦੁਖੀ ਰਹੇਗੀ ਜਿਹੜੀ ਬੜੇ ਪ੍ਰੇਮ ਨਾਲ ਤੁਹਾਡੇ ਦਰਸ਼ਨ ਕਰਦੀ ਹੈ। ਅਨੇਕਾਂ ਸਿੱਖਾਂ ਦਾ ਤੁਸੀਂ ਕਲਿਆਣ ਕਰਦੇ ਹੋ, ਸਦਾ ਹੀ ਤੁਸੀਂ ਮਹਾਨ ਪਰਉਪਕਾਰ ਕਰਦੇ ਹੋ। ਤੁਰਕਾਂ ਸਹਿਤ ਚੰਦੂ ਦੁੱਖ ਪਾਵੇਗਾ, ਉਹ ਹਿਰਦੇ ਵਿੱਚ ਖੁਸ਼ੀ ਨੂੰ ਧਾਰ ਕੇ ਜ਼ਹਿਰ ਨੂੰ ਖਾ ਰਿਹਾ ਹੈ। ਜਦ ਇਹ ਜ਼ਹਿਰ ਦਿਲ ਦੇ ਅੰਦਰ ਪਹੁੰਚੇਗੀ ਤਾਂ ਇਹ ਅੰਗਾਂ ਨੂੰ ਸੁਕਾ ਦੇਵੇਗੀ ਅਤੇ ਪ੍ਰਾਣ ਨਿਕਲ ਜਾਣਗੇ। ਇਹ ਉਸ ਤਰ੍ਹਾਂ ਹੁਣ ਜਾਣਦਾ ਨਹੀਂ, ਇੱਕ ਨਿਰਵੈਰ ਨਾਲ ਜਿਹੜਾ ਵੈਰ ਕਰਦਾ ਹੈ। ਜਦ ਵੀ ਉਹਨਾਂ ਉੱਤੇ ਬਿਪਤਾ ਪਵੇਗੀ ਤਾਂ ਇਸ ਫਲ ਨੂੰ ਇਹ ਪ੍ਰਾਪਤ ਕਰ ਲੈਣਗੇ। ਜੋ ਕਰਤੇ ਨੇ ਕਾਰਨ ਕਰਨੇ ਹਨ, ਉਹ ਸਾਰੇ ਕਾਰਜ ਸਭਨਾ ਤੋਂ ਹੋਣੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੱਕੀ ਨੀਂਹ ਰੱਖੀ ਹੈ, ਦੁਸ਼ਟ ਨਿੰਦਕ ਅਚਾਨਕ ਖਤਮ ਹੋ ਜਾਣਗੇ। ਫਿਰ ਸ਼੍ਰੀ ਅਰਥਮਲ ਜੀ ਨੇ ਹੱਥ ਜੋੜੇ, ਸ਼੍ਰੀ ਗੁਰੂ ਅਰਜਨ ਦੇਵ ਜੀ ਮੇਰਾ ਸਰੀਰ ਆਪ ਜੀ ਦੇ ਅੱਗੇ ਹੈ, ਇਸ ਨੂੰ ਛੱਡ ਕੇ ਤੁਰਕਾਂ ਦੀ ਜੜ ਪੁੱਟ ਦਿੰਦਾ ਹਾਂ। ਤੁਹਾਡੇ ਬਗੈਰ ਜੱਗ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ, ਹੁਣ ਪਰਲੋਕ ਚੱਲਣਾ ਹੀ ਬਣਦਾ ਹੈ। ਆਗਿਆ ਦੋ, ਮੈਂ ਚਲਾਣਾ ਕਰ ਜਾਵਾਂ। ਆਪ ਆਪਣੇ ਸਰੀਰ ਨੂੰ ਲੰਮੇ ਸਮੇਂ ਤੱਕ ਕਾਇਮ ਰੱਖਣਾ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰੇਮ ਦੇ ਬਚਨ ਸੁਣ ਕੇ ਕਿਹਾ, ਤੁਸੀਂ ਸਰੀਰ ਸਹਿਤ ਸੁੱਖ ਨਾਲ ਰਹੋ, ਤੁਹਾਡੀ ਕੇਵਲ 40 ਦਿਨ ਉਮਰ ਬਾਕੀ ਹੈ, ਫਿਰ ਤੁਸੀਂ ਸੌਖੇ ਢੰਗ ਨਾਲ ਸਰੀਰ ਛੱਡ ਦੇਣਾ, ਪਰਲੋਕ ਵਿੱਚ ਆ ਕੇ ਮੈਨੂੰ ਮਿਲ ਪੈਣਾ, ਬਹੁਤੇ ਦਿਨਾਂ ਦਾ ਵਿਛੋੜਾ ਨਹੀਂ ਹੋਵੇਗਾ। ਇਸ ਤਰ੍ਹਾਂ ਧੀਰਜ ਦੇ ਕੇ ਆਪਣੇ ਪਾਸ ਹੀ ਰੱਖਿਆ। ਅਨੇਕ ਰੀਤੀ ਦੀ ਕਥਾ ਪ੍ਰਕਾਸ਼ਮਾਨ ਹੋਈ, ਗੁਰੂ ਦਾ ਲੰਗਰ ਲੱਗਣ ਲੱਗਾ। ਗੁਰੂ ਜੀ ਨੂੰ ਲੱਭਦੇ ਲਭਾਉਂਦੇ ਬਹੁਤ ਸਿੱਖ ਆਉਂਦੇ ਸਨ ਅਤੇ ਪੂਜਾ ਕਰਕੇ ਸੁੱਖ ਸਮੇਤ ਚਲੇ ਜਾਂਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਹੌਰ ਵਿੱਚ ਆਉਣ ਦੀ ਖਬਰ ਛੋਟੇ ਵੱਡੇ ਸਭ ਘਰਾਂ ਵਿੱਚ ਪਹੁੰਚ ਗਈ। ਸ਼ਰਧਾ ਸਹਿਤ ਪ੍ਰੇਮ ਨੂੰ ਧਾਰਨ ਕਰਕੇ ਸੰਗਤਾਂ ਆਨੰਦ ਪ੍ਰਾਪਤ ਕਰਕੇ ਜਾਂਦੀਆਂ ਸਨ। ਘਰ ਘਰ ਵਿੱਚ ਗੁਰੂ ਜੀ ਦੇ ਸ੍ਰੇਸ਼ਟ ਜਸ ਦਾ ਉਚਾਰਨ ਕਰਦੇ ਸਨ। ਉਹ ਸਦਾ ਉਪਦੇਸ਼ ਦਿੰਦੇ ਸਨ ਕਿ ਸਦਾ ਹਰੀ ਦੇ ਨਾਮ ਦਾ ਸਿਮਰਨ ਕਰੋ। ਸੋ ਸਾਧ ਸੰਗਤ ਜੀ, ਇੱਥੇ 4th ਰਾਸ ਦਾ 32ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।